ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਕਿਵੇਂ ਹੋ, ਠੀਕ ਠਾਕ ਹੋ ਸਾਰੇ? ਅੱਜ ਮੈਂ ਕੋਈ ਜ਼ਿਆਦਾ ਵੱਡੀ ਵੀਡੀਓ ਨਹੀਂ ਲੈ ਕੇ, ਅੱਜ ਮੈਂ ਛੋਟੀ ਜਿਹੀ ਇੱਥੋਂ ਸੀ ਵੀਡੀਓ ਲੈ ਕੇ ਆਈ ਹਾਂ, ਜਿਹਦੇ ਵਿੱਚ ਮੈਂ ਤੁਹਾਨੂੰ ਬਾਂਹ ਦੀ ਕਟਾਈ ਕਰਨੀ ਦੱਸੀ ਹੈ ਅਤੇ ਬਾਂਹ ਦਾ ਜੋੜ, ਜਿਹੜੀਆਂ ਭੈਣਾਂ ਦਾ ਇੱਕ ਪਾਸਾ ਅੱਗੇ ਆ ਜਾਂਦਾ, ਇੱਕ ਪਾਸਾ ਪਿੱਛੇ ਚਲਾ ਜਾਂਦਾ, ਠੀਕ ਹੈ? ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਦੋਨੇ ਬਾਹਾਂ ਦੇ ਜੋੜ ਬੈਕ 'ਤੇ ਹੀ ਆਉਣਗੇ, ਫਰੰਟ 'ਤੇ ਕੋਈ ਨਹੀਂ ਆਊਗਾ। ਵੀਡੀਓ ਤੁਸੀਂ ਪੂਰੀ ਦੇਖਿਆ ਕਰੋ, ਪੂਰੀ ਦੇਖ ਕੇ ਨਾ ਫਿਰ ਉਸ ਤੋਂ ਬਾਅਦ ਕਟਿੰਗ ਕਰਿਆ ਕਰੋ। ਅਤੇ ਆਪਣੀ ਫ੍ਰੀ ਕਲਾਸ ਆਪਣੀ 1 ਤਰੀਕ ਤੋਂ ਸਟਾਰਟ ਹੋਣ ਜਾ ਰਹੀ ਹੈ ਜੀ। ਜਿਸ ਕਿਸੇ ਭੈਣ ਨੇ ਵੀ ਹੈ ਨਾ ਸਿਲਾਈ ਸਿੱਖਣੀ ਆ ਤਾਂ ਉਹ ਮੈਨੂੰ ਤੁਸੀਂ ਕਮੈਂਟ ਕਰਕੇ ਇੱਕ ਵਾਰ ਦੱਸ ਦਿਓ, ਕਲੀਅਰ ਹੋ ਜੂਗਾ, ਕਿਉਂਕਿ ਮੈਂ 20 ਬੱਚੇ ਪੂਰੇ ਕਰਨੇ ਆ, ਮੇਰੇ ਕੋਲ 5 ਹੀ ਸੀਟਾਂ ਰਹਿ ਗਈਆਂ ਨੇ। ਹੁਣ ਆਪਾਂ ਬਾਂਹ ਕੱਟਣ ਲੱਗੇ ਹਾਂ, ਜਿਹੜੀ ਬਾਂਹ ਦੇ ਜੋੜ ਇੱਕ ਪਾਸੇ ਹੁੰਦਾ। ਕਈ ਭੈਣਾਂ ਦੇ ਸਵਾਲ ਸੀ ਵੀ ਅਸੀਂ ਕੱਪੜਾ ਅਟੈਚ ਕਰ ਲੈਂਦੇ ਹਾਂ, ਬਟ ਸਾਡੇ ਜੋੜ ਦੋਨੇ ਪਾਸੇ ਆ ਜਾਂਦੇ ਆ, ਜਾਂ ਇੱਕ ਪਾਸੇ ਪਿੱਛੇ ਆ ਜਾਂਦਾ, ਇੱਕ ਪਾਸੇ ਸਿੱਧਾ ਆ ਜਾਂਦਾ, ਠੀਕ ਹੈ? ਆਪਾਂ ਹੁਣ ਆਹ ਦੇਖੋ, ਆਹ ਆਪਣਾ ਜੋੜ ਆ। ਹੁਣ ਇੱਕ ਜੋੜ ਤਾਂ ਆਪਾਂ ਧਰਨਾ ਐਵੇਂ ਕਰਕੇ, ਜਿੰਨਾ ਆਪਾਂ ਨੂੰ ਮੋਢਾ ਚਾਹੀਦਾ ਉਦੋਂ 1 ਇੰਚ ਵੱਧ ਆਪਾਂ ਕੱਪੜਾ ਲਾ ਲਓ। ਜਿਵੇਂ ਕਿ ਮੈਨੂੰ ਮੋਢਾ ਚਾਹੀਦਾ 9 ਇੰਚ, ਮੈਂ ਕੱਪੜਾ ਲਾਉਂਗੀ ਟੋਟਲ 10 ਇੰਚ, ਠੀਕ ਹੈ? 10 ਇੰਚ ਮੈਂ ਕੱਪੜਾ ਲੈ ਲਿਆ, ਦੇਖੋ ਜੋੜ ਇਹਦੇ ਉੱਪਰ ਦਿਖ ਰਿਹਾ ਨਾ, ਇਹਦੇ ਉੱਪਰ ਜੋੜ ਆ ਰਿਹਾ ਹੈ ਨਾ। ਅਤੇ ਹੁਣ ਆਪਾਂ ਕਰਾਂਗੇ, ਹੁਣ ਆਪਾਂ ਇੱਧਰਲੇ ਪਾਸੋਂ ਕੱਪੜਾ ਲੈ ਲੈਣਾ 10 ਇੰਚ, ਇੱਥੋਂ ਤੱਕ ਆ ਗਿਆ। ਬਸ ਇਹ ਬਾਂਹ ਬਣਾ ਦੀ ਕਟਿੰਗ ਕਰਨ ਵੇਲੇ ਨਾ ਆਪਾਂ ਨੂੰ ਇੰਨਾ ਹੀ ਚਾਹੀਦਾ ਹੁੰਦਾ ਵੀ ਜਦੋਂ ਆਪਾਂ ਬਾਂਹ ਦੀ ਕਟਿੰਗ ਕਰਨੀ ਆ, ਇੱਕ ਪਾਸੇ ਆਪਾਂ ਜੋੜ ਲੈਣਾ। ਵੈਸੇ ਤਾਂ ਦੋਨੇ ਪਾਸੇ ਆ ਹੀ ਜਾਂਦਾ, ਇਹ ਤਾਂ ਨੋਰਮਲ ਹੀ ਆ, ਬਟ ਫਿਰ ਵੀ ਕਈ ਭੈਣਾਂ ਕਹਿੰਦੀਆਂ ਨੇ ਸਾਨੂੰ ਇੱਕ ਪਾਸੇ ਜੋੜ ਚਾਹੀਦਾ। ਉਦੋਂ ਭੈਣੋ ਤੁਸੀਂ ਬਾਂਹ ਦੀ ਕਟਿੰਗ ਕਰਨ ਵੇਲੇ ਇੰਨਾ ਦੇਖਿਆ ਕਰੋ ਵੀ ਇੱਕ ਪਾਸਾ ਪਲੇਨ ਆਵੇ ਉੱਪਰ, ਇੱਕ ਪਾਸਾ ਨੀਚੇ ਆਵੇ, ਠੀਕ ਹੈ? ਜੋੜ ਵਾਲਾ, ਯਾਨੀ ਕਿ ਦੋਨੇ ਜੋੜ ਇੱਕ ਦੂਜੇ ਨਾਲ ਮੈਚ ਹੋਣੇ ਚਾਹੀਦੇ ਆ। ਜਿਵੇਂ ਆਹ ਦੇਖੋ, ਆਹ ਜੋੜ ਆਹ, ਹੁਣ ਇੱਕ ਬਾਂਹ ਗਈ, ਇੱਕ ਬਾਂਹ ਗਈ, ਇਹਦੇ ਉੱਪਰ ਜੋੜ ਦਿਖ ਰਿਹਾ, ਫਿਰ ਆਹ ਦੂਸਰੀ ਬਾਂਹ ਹੋ ਗਈ, ਇਹਦੇ ਉੱਪਰ ਜੋੜ ਨਹੀਂ ਦਿਖ ਰਿਹਾ, ਬਸ ਇੰਨਾ ਕੀ ਹੁੰਦਾ। ਹੁਣ ਇਹਦੀ ਮੇਨ ਚੀਜ਼ 'ਤੇ ਆ ਗਈ ਆਪਣੀ ਕਟਿੰਗ। ਕਟਿੰਗ ਭੈਣੇ ਇਹਦੀ ਆਪਾਂ ਐਂ ਕਰਦੇ ਹੁੰਦੇ ਹਾਂ, ਜਿਵੇਂ ਆਪਣਾ ਮੋਢਾ ਹੈਗਾ 9 ਇੰਚ, ਆਪਾਂ 9 ਇੰਚ ਹੀ ਰੱਖ ਲਓ ਇੱਥੋਂ, ਠੀਕ ਹੈ? ਰੱਖ ਲੈਣਾ ਆਪਾਂ 9 ਇੰਚ ਇੱਥੋਂ। ਹੁਣ ਆਪਾਂ ਕਰਨਾ ਇੱਥੋਂ ਰੱਖਣਾ 3 ਇੰਚ, ਆਹ ਜੋ ਐਕਸਟਰਾ ਰੱਖਣਾ ਉਹ ਆਪਾਂ ਅਲੱਗ ਰੱਖਣਾ। ਜੇ ਆਪਣਾ ਮੋਢਾ 8 ਇੰਚ ਆ ਤਾਂ ਆਪਾਂ ਇੱਥੋਂ 8 ਲੈ ਲੈਣਾ। ਹੁਣ ਆਪਾਂ ਲਵਾਂਗੇ 9 ਇੰਚ ਹੈ ਨਾ, 9 ਦਾ ਅੱਧ ਕਰ ਲਓ ਤੁਸੀਂ, 4.5 ਆ ਗਿਆ ਇੱਥੋਂ ਤੱਕ। ਹੁਣ ਆਪਾਂ 4.5 ਆ ਗਏ ਇੱਥੋਂ ਤੱਕ, ਇੱਥੋਂ ਤੱਕ ਤਾਂ ਆਪਾਂ ਪੂਰੀ ਕਾਢ ਪਾਉਣੀ, ਉਸ ਤੋਂ ਬਾਅਦ ਆਪਾਂ ਤਿਰਛਵੀਂ ਕਰ ਦਾਂਗੇ। ਆਹ ਦੇਖੋ ਇਹਦੇ ਨਾਲ ਅਟੈਚ ਹੋ ਗਈ। ਹੁਣ ਜੇ ਆਪਾਂ ਇਹਨੂੰ ਐਂ ਸਿੱਧਾ ਹੀ ਕੱਟਾਂਗੇ ਤਾਂ ਵੀ ਨਹੀਂ ਉਹ ਜਚਣਾ, ਇੱਥੋਂ ਆਪਾਂ ਹਲਕੀ ਹਲਕੀ ਤਿਰਛਵੀਂ ਕੱਟ ਪਾਵਾਂਗੇ। ਕਟਾਈ ਆਪਾਂ ਮਾਰਜਨ ਰੱਖ ਕੇ ਫੇਰ ਕਰਨੀ ਆ, ਕਿਤੇ ਨਾ ਹੋਵੇ ਜਿਹੜਾ ਆਪਾਂ ਮਾਰਜਨ ਰੱਖਿਆ ਉਹ ਆਪਾਂ ਵਿੱਚ ਹੀ ਦੇ ਦਈਏ। ਹੁਣ ਮੈਂ ਤੁਹਾਨੂੰ ਦਿਖਾਉਣੀ ਆ, ਆ ਦੇਖੋ ਹੁਣ ਆਪਣੀ ਬਾਂਹ ਦੀ ਕਟਾਈ ਗਈ ਹੋ, ਠੀਕ ਹੈ? ਹੁਣ ਆਪਾਂ ਇਹਨੂੰ ਕਰਾਂਗੇ ਸਿੱਧੇ, ਇੱਕ ਬਾਂਹ ਆ ਗਈ ਇੱਧਰ, ਇਹਦੇ ਉੱਪਰ ਵੀ ਕੋਈ ਜੋੜ ਨਹੀਂ ਆ ਰਿਹਾ, ਦੇਖੋ ਮੈਂ ਹੱਥ ਮਾਰ ਕੇ ਵੀ ਦਿਖਾ ਰਹੀ ਹਾਂ, ਕੋਈ ਜੋੜ ਨਹੀਂ ਨਾ ਆ ਰਿਹਾ। ਹੁਣ ਆਪਾਂ ਕਰਾਂਗੇ ਬਾਂਹ, ਅਤੇ ਆਹ ਵਾਲੀ ਆ ਗਈ ਆਪਣੀ ਇੱਧਰ ਲਈ, ਆ ਦੇਖੋ
ਇਹਦੇ ਉੱਪਰ ਵੀ ਕੋਈ ਜੋੜ ਨਹੀਂ, ਇਹਦੇ ਉੱਪਰ ਵੀ ਕੋਈ ਜੋੜ ਨਹੀਂ, ਇਹਦਾ ਮਤਲਬ ਆਪਣੇ ਦੋਨੇ ਜੋੜ ਪਿੱਛੇ ਗਏ ਆ, ਬਾਂਹ ਆਪਣੀ ਜਮ੍ਹਾਂ ਹੀ ਸਹੀ ਬਣੀਆਂ। ਅਤੇ ਇਹਦੇ ਵਿੱਚ ਆਪਾਂ ਹੁਣ ਫਰੰਟ ਵਾਲੀ ਕਾਟ ਕਿਵੇਂ ਪਾਉਣੀ ਹੈ, ਮੈਂ ਵੈਸੇ ਜਦੋਂ ਬਾਂਹ ਬੂਹ ਬਣ ਜਾਂਦੀ ਹਾਂ ਉਹਦੀ ਕਾਟ ਪਾਉਣੀ ਹੈ, ਪਰ ਅੱਜ ਕੋਈ ਗੱਲ ਨਹੀਂ, ਆਪਾਂ ਪਹਿਲਾਂ ਪਾ ਲਾਂਗੇ। ਹੁਣ ਆਪਾਂ ਬਾਂਹ ਦਾ ਆਪਾਂ ਨਾਪ ਕਿਵੇਂ ਲੈਣਾ, ਬਾਂਹ ਆਪਣੇ ਕੋਲ ਕਿੰਨੀ ਹੈ ਅਤੇ ਮੋਢਾ ਆਪਣੇ ਕੋਲ ਕਿੰਨਾ, ਇੱਥੋਂ ਦੇਖੋ ਭੈਣੋ, ਆਹ ਦੇਖੋ ਗਲਾਈ ਦੇ ਨਾਲ ਨਾਲ ਹੀ ਮਿਲਣਾ, 9 ਇੰਚ ਇੱਥੇ ਆ ਗਿਆ ਆਪਣਾ, ਠੀਕ ਹੈ। ਹੁਣ ਦੇਖੋ ਜਦੋਂ ਆਪਾਂ ਪਹਿਲਾਂ 9 ਲਾਇਆ ਸੀ ਕਿੱਥੇ ਆਇਆ ਸੀ, ਆਹ ਥਾਂ 'ਤੇ, ਅਤੇ ਹੁਣ ਆਪਣਾ ਕਿੱਥੇ ਆਏਗਾ, ਆਹ ਥਾਂ 'ਤੇ, ਘੱਟ ਤੋਂ ਘੱਟ 1 ਇੰਚ ਦਾ ਫਰਕ ਪੈ ਜਾਂਦਾ। ਹੁਣ ਇੱਥੇ ਆਪਾਂ ਕਾਟ ਕਾਟ ਤੁਸੀਂ ਦੇਖ ਲਓ 1.5 ਇੰਚ ਦੀ ਪਾਉਣੀ ਆ ਜਾਂ 1 ਇੰਚ ਪੂਰੇ ਦੀ ਪਾਉਣੀ, ਹੈ ਨਾ। ਜਿਵੇਂ ਕਿ ਮੈਂ ਕਈ ਵਾਰ ਤਾਂ 1.5 ਦੀ ਪਾ ਦਿੰਦੀ ਹੁੰਦੀ ਹਾਂ ਅਤੇ ਕਈ ਵਾਰ ਮੈਂ 1 ਦੀ ਪਾ ਦਿੰਦੀ ਹਾਂ। ਹੁਣ ਕਈ ਭੈਣਾਂ ਕਹਿੰਦੀਆਂ ਸੀ ਵੀ 1 ਕਾਟ ਅੰਦਰ ਨੂੰ 1 ਬਾਹਰ ਨੂੰ, ਹਾਂ ਭੈਣੋ, ਜਿਹੜੀ ਇਕੱਲੇ ਫਰੰਟ ਵਾਲੇ ਪੱਲੇ ਦੀ ਕਾਟ ਪੈਣੀ ਉਹ ਹਮੇਸ਼ਾ ਅੰਦਰ ਨੂੰ ਪਊਗੀ, ਜਿਹੜੀ ਦੋਨਾਂ ਦੀ ਇਕੱਠਿਆਂ ਦੀ ਪੈਣੀ ਹੈ ਬਾਂਹ ਦੀ, ਹੈ ਨਾ, ਉਹ ਹਮੇਸ਼ਾ ਹੀ ਬਾਹਰਲੇ ਪਾਸੇ ਪੈਂਦੀ ਹੈ। ਮੈਨੂੰ ਵੈਸੇ ਇੰਨਾ ਕੋਈ ਨਾਪ ਤੋਲਣ ਦੀ ਲੋੜ ਪੈਂਦੀ ਨਹੀਂ ਕਿਉਂਕਿ ਸਾਲ ਹੀ ਬਹੁਤ ਹੋ ਗਏ ਧੱਕੇ ਖਾਈ ਜਾਂਦੇ ਨੂੰ, ਅਤੇ ਤਾਂ ਕਰਕੇ ਮੈਨੂੰ ਜ਼ਿਆਦਾ ਮੋਟਾ ਸਾਰੀਆਂ ਪਾ ਰੱਖੀਆਂ ਸੀਗੀਆਂ ਅਤੇ ਬਾਂਹ ਦੇ ਵੀ ਆਪਾਂ ਕਾਟ ਪਾ ਲਈ ਸੀਗੀ, ਸਾਰਾ ਕੁਛ A to Z ਆਪਣਾ ਹੋ ਗਿਆ ਸੈੱਟ। ਹੁਣ ਦੇਖੋ, ਹੁਣ ਕਈ ਭੈਣਾਂ ਮੈਨੂੰ ਕਹਿੰਦੀਆਂ ਸੀਗੀਆਂ ਵੀ ਜਾਂ ਸਾਡਾ ਬਾਂਹ ਦਾ ਮੋਢਾ ਵੱਡਾ ਰਹਿ ਜਾਂਦਾ ਜਾਂ ਸਾਡਾ ਕਮੀਜ਼ ਦਾ ਮੋਢਾ ਵੱਡਾ ਰਹਿ ਜਾਂਦਾ, ਹੈ ਨਾ। ਭੈਣੋ, ਜੇ ਤੁਸੀਂ ਮੇਰੇ ਤਰੀਕੇ ਨਾਲ ਕਟਿੰਗ ਕਰੋਗੇ ਨਾ ਸੂਟ ਦੀ, ਜਿਹੜੀ ਮੈਂ ਕਟਿੰਗ ਦੀ ਵੀਡੀਓ ਪਾਈ ਹੋਈ ਆ ਉਹਨੂੰ ਦੇਖੋਗੇ ਜਾ ਕੇ, ਠੀਕ ਆ, ਉਹਦੇ ਹਿਸਾਬ ਨਾਲ ਕਟਿੰਗ ਕਰੋਗੇ, ਨਾ ਤੁਹਾਡਾ ਕਦੇ ਬਾਂਹ ਵੱਡੀ ਰਹੇ ਨਾ ਤੁਹਾਡਾ ਕਦੇ ਮੋਢਾ ਵੱਡਾ ਰਹੇ। ਆਹ ਦੇਖੋ, ਹੁਣ ਆਪਾਂ ਕੀ ਕਰਨਾ, ਕਮੀਜ਼ ਰੱਖ ਲੈਣਾ, ਕਾਟ ਨਾਲ ਕਾਟ ਮਿਲਾਉਣੀ ਆ। ਮੈਂ ਕੀ ਕਰਦੀ ਹੁੰਦੀ ਹਾਂ, ਮੈਂ ਗਲੇ ਵਿੱਚ ਦੀ ਹੱਥ ਪਾ ਕੇ ਇੱਦਾਂ ਇਹਨੂੰ ਉੱਪਰ ਕੱਢ ਲੈਂਦੀ ਹਾਂ, ਉੱਪਰ ਕੱਢ ਕੇ ਆ ਮੈਂ ਤੁਹਾਨੂੰ ਦਿਖਾਤੀ ਆ। ਦੇਖੋ, ਮੈਂ ਹੁਣ ਤੁਹਾਡੇ ਸਾਹਮਣੇ ਬਾਂਹ ਲਾਉਣੀ ਆ, 9 ਇੰਚ ਆਪਾਂ ਬਾਂਹ ਕੱਟੀ ਸੀਗੀ। ਇੱਕ ਤਾਂ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ, ਫਿਰ ਹੀ ਤੁਹਾਨੂੰ ਸਮਝ ਆਊਗੀ ਨਾ। ਕਿਉਂਕਿ ਮੇਰਾ ਕਦੇ ਵੀ ਇੱਦਾਂ ਦਾ ਕੋਈ ਚੱਕਰ ਨਹੀਂ ਪਿਆ, ਬੈਕ ਵੀ ਦਿਖਾ ਦਾਂ ਮੈਂ, ਫਰੰਟ ਵੀ ਦਿਖਾ ਦਾਂ। ਆਹ ਦੇਖੋ, ਬੈਕ ਵੀ ਜਮਾਂ ਸਹੀ ਆਇਆ ਨਾ, ਅਤੇ ਫਰੰਟ ਵੀ ਦੇਖੋ, ਕਿਤੇ ਕੋਈ ਬਾਲ ਨਹੀਂ ਆਇਆ, ਕਿਤੇ ਮੈਂ ਬਾਂਹ ਖਿੱਚ ਕੇ ਨਹੀਂ ਲਾਏ ਹੈਗੀ, ਕੁਛ ਨਹੀਂ ਹੋਇਆ। ਆਹ ਦੇਖੋ, ਫਰੰਟ ਦੇ ਉੱਪਰ ਜੋੜ ਹੈ ਨਹੀਂ ਨਾ, ਬੈਕ 'ਤੇ ਜੋੜ ਆ। ਆਈ ਹੁਣ ਆਪਾਂ ਦੂਸਰੀ ਬਾਂਹ ਲਾ ਲੈਂਦੇ ਹਾਂ। ਕਈ ਭੈਣਾਂ ਕਹਿੰਦੀਆਂ ਤੁਸੀਂ ਜਾਣ ਕੇ ਸਾਨੂੰ ਦਿਖਾਉਂਦੇ ਨਹੀਂ ਬਾਹਾਂ ਲਾ ਕੇ, ਤੁਹਾਡੇ ਜੋੜ 1 ਬੈਕ 'ਤੇ ਆਉਂਦਾ 1 ਫਰੰਟ 'ਤੇ। ਨਹੀਂ ਭੈਣੋ, ਇੱਦਾਂ ਕਦੇ ਨਹੀਂ ਆਉਂਦਾ, ਬਸ ਥੋੜ੍ਹਾ ਜਿਹਾ ਆਪਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ। ਜਿਹੜਾ ਆਲ ਓਵਰ ਕੱਪੜਾ ਹੁੰਦਾ ਨਾ, ਉਹਦਾ ਤਾਂ ਕਦੇ ਵਾਸਤੇ ਵੀ ਨਹੀਂ ਆਉਂਦਾ। ਹਾਂ, ਜਿਹੜਾ ਆਪਣਾ ਹੁੰਦਾ ਗਾ ਜਿਵੇਂ ਬਾਂਹ 'ਤੇ ਫੁੱਲ ਵਗੈਰਾ ਹੈਗਾ ਕਿਸੇ ਦਾ, ਹੈ ਨਾ, ਉਹਦਾ ਜ਼ਰੂਰ ਮੈਂ ਮੰਨਦੀ ਹਾਂ ਵੀ ਉਹਦਾ ਹੋ ਜਾਂਦਾ ਹੁੰਦਾ, 1 ਜੋੜ ਅੱਗੇ 1 ਜੋੜ ਬੈਕ 'ਤੇ।
ਕਿਉਂਕਿ ਉਹ ਫਿਰ ਆਪਾਂ ਨੂੰ ਥੋੜ੍ਹਾ ਦੇਖ ਕੇ ਲਾਉਣੀ ਪੈਂਦੀ ਹੈ। ਜੇ ਤੁਹਾਨੂੰ ਮੇਰੇ ਤੋਂ ਕੁਝ ਸਿੱਖਣ ਨੂੰ ਮਿਲਦਾ ਤਾਂ ਆਪਣੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਤਾਂ ਜੋ ਸਾਰਿਆਂ ਨੂੰ ਆਪਣੀ ਫ੍ਰੀ ਦੀ ਜਾਣਕਾਰੀ ਮਿਲ ਸਕੇ, ਹੈ ਨਾ। ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ ਸਿਲਾਈ ਸਿਖਾਉਣ ਵਾਲੇ ਕਿੰਨੇ ਕਿੰਨੇ ਪੈਸੇ ਲੈ ਰਹੇ ਆ, ਅਤੇ ਮੈਂ ਤੁਹਾਨੂੰ ਇਹ ਸਾਰਾ ਕੁਛ ਗਿਆਨ ਵੰਡ ਰਹੀ ਹਾਂ ਹੈ ਨਾ। ਤਾਂ ਕਰਕੇ ਭੈਣੋ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦਾ ਕਿ ਜੇ ਤੁਸੀਂ ਮੇਰੇ ਤੋਂ ਹੋਰ ਵੀ ਕੁਛ ਡਿਜ਼ਾਇਨ ਵਗੈਰਾ ਮੈਨੂੰ ਵਟਸਐਪ 'ਤੇ ਫੋਟੋ ਭੇਜ ਦਿਆ ਕਰੋ, ਆਪਾਂ ਉਦੋਂ ਦਾ ਡਿਜ਼ਾਇਨ ਤਿਆਰ ਕਰ ਦਾਂਗੇ। ਇੱਕ ਮੈਨੂੰ ਫੋਟੋ ਆਈ ਹੋਈ ਹੈ ਵਟਸਐਪ 'ਤੇ ਡੀ ਸ਼ੇਪ ਨੈੱਕ ਦੀ, ਉਹ ਮੈਂ ਦੇਖਦੀ ਹਾਂ ਬਣਾ ਕੇ ਅੱਜ ਪਾਉਣੀ ਹੈ ਉਹਦੀ ਵੀ। ਆ ਵੀ ਦੇਖ ਲਓ, ਫਿਰ ਲਾਂਭੇ ਦਿੰਦੇ ਹਾਂ ਜਮਾਂ ਸਹੀ।